ਜੇ ਮਾਂ ਰੱਬ ਦਾ ਦੂਜਾ ਰੂਪ ਹੁੰਦੀ ਹੈ ਤਾਂ ਬਾਪੂ ਦੇ ਸਿਰ ਤੇ ਕੋਈ ਟੈਨਸ਼ਨ ਕੋਈ ਪਰਵਾਹ ਨਹੀਂ ਹੁੰਦੀ। ਬੰਦਾ ਬੇਫਿਕਰਾ ਹੋ ਕੇ ਤੁਰਿਆ ਫਿਰਦਾ ਹੈ। ਬਾਪੂ ਦਾ ਸਿਰ ਤੇ ਹੱਥ ਹੋਵੇ ਤਾਂ ਬੰਦਾ ਦੁਨੀਆ ਦੀ ਪਰਵਾਹ ਨਹੀਂ ਕਰਦਾ। ਅੱਜ ਜਿਹੜੀ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ, ਜਿਸ ਨੂੰ ਦੇਖ ਕੇ ਤੁਹਾਡੀਆਂ ਅੱਖਾਂ ਚੋਂ ਹੰਝੂ ਆ ਜਾਣਗੇ। ਇਸ ਵੀਡੀਓ 'ਚ ਤੁਸੀਂ ਦੇਖੋਗੇ ਕਿ ਇੱਕ ਵੀਰ ਨੇ ਆਪਣੇ ਬਾਪੂ ਦੀ ਫੋਟੋ ਫੜੀ ਹੋਈ ਹੈ। ਡੀਜੇ ਤੇ ਗਾਣਾ ਲੱਗਾ ਹੋਇਆ ਬਾਪੂ ਦਾ ਤੇ ਵੀਰ ਰੋਂਦਾ ਪਿਆ ਹੈ, ਨਾਲ ਹੀ ਇਸਦਾ ਪੂਰਾ ਟੱਬਰ ਹੈ। ਇਸ ਵੀਰ ਦੀ ਭੈਣ ਦਾ ਵਿਆਹ ਹੈ ਤੇ ਭੈਣ ਦੇ ਵਿਆਹ ਤੇ ਇਸ ਨੂੰ ਬਾਪੂ ਦੀ ਯਾਦ ਆ ਗਈ ਤੇ ਫਿਰ ਬਾਪੂ ਦੀ ਫੋਟੋ ਨੂੰ ਹਿੱਕ ਨਾਲ ਲਾ ਕੇ ਰੋਈ ਜਾਂਦਾ ਹੈ। ਜਿੱਥੇ ਵੀਰ ਆਪ ਰੋਇਆ ਉੱਥੇ ਹੀ ਸਾਰੇ ਰਿਸ਼ਤੇਦਾਰਾਂ ਨੂੰ ਰਵਾ ਕੇ ਰੱਖ ਦਿੱਤਾ। ਭੁੱਬਾ ਮਾਰ ਮਾਰ ਸਾਰੇ ਹੀ ਵਿਆਹ ਤੇ ਆਏ ਲੋਕ ਰੋਣ ਲੱਗ ਪਏ। ਯਾਰੋ, ਜੇ ਤੁਹਾਡੇ ਮਾਂ ਪਿਓ ਤੁਹਾਡੇ ਨਾਲ ਹੈ ਤਾਂ ਉਹਨਾਂ ਦੀ ਸੇਵਾ ਕਰਿਆ ਕਰੋ, ਕਿਉਂਕਿ ਜਿਨ੍ਹਾਂ ਦੇ ਮਾਪੇ ਉਹਨਾਂ ਦੇ ਸਿਰ ਤੇ ਨਹੀਂ ਹੁੰਦੇ ਉਹਨਾਂ ਨੂੰ ਪੁੱਛ ਕੇ ਦੇਖੋ ਉਹਨਾਂ ਦਾ ਕੀ ਹਾਲ ਹੁੰਦਾ ਹੈ। ਸੋ ਜੇ ਤੁਸੀਂ ਵੀ ਆਪਣੇ ਮਾਂ ਪਿਓ ਨੂੰ ਦਿਲ ਤੋਂ ਪਿਆਰ ਕਰਦੇ ਹੋ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤੇ ਵਧੀਆ ਵਧੀਆ ਕਮੈਂਟ ਵੀ ਜ਼ਰੂਰ ਕਰਿਓ। ਸੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ। ਸਤਿ ਸ਼੍ਰੀ ਅਕਾਲ।